ਚੜ੍ਹਦੀ ਕਲਾ ਟਾਈਮ ਟੀਵੀ ਦੇ ਦਰਸ਼ਕਾਂ ਨੂੰ ਗੁਰਦੀਪ ਸੇਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦਰਸ਼ਕੋ, ਅਸੀਂ ਹਾਜ਼ਰ ਹਾਂ ਤੁਹਾਡਾ ਆਪਣਾ ਮਨਪਸੰਦ ਸ਼ੋਅ NRI ਮੀਟ ਵਿਦ ਗੁਰਦੀਪ ਸੇਰਾ ਲੈ ਕੇ। ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਕਿ ਅਸੀਂ ਦੇਸ਼ਾਂ ਵਿਦੇਸ਼ਾਂ 'ਚ ਘੁੰਮ ਘੁੰਮ ਕੇ ਉਹਨਾਂ ਪੰਜਾਬੀਆਂ ਨੂੰ ਤੁਹਾਡੇ ਸਾਹਮਣੇ ਲਿਆਉਂਦੇ ਹਾਂ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਦਮ 'ਤੇ ਆਪਣੀ ਪੰਜਾਬੀਅਤ ਨੂੰ ਕਾਇਮ ਰੱਖਿਆ ਅਤੇ ਵਿਦੇਸ਼ਾਂ ਵਿੱਚ ਜਿੱਥੇ ਉਹ ਰਹਿ ਰਹੇ ਨੇ ਆਪਣੀ ਰੁਤਬਾ ਕਾਇਮ ਕੀਤਾ ਔਰ ਆਪਣਾ ਸਿੱਕਾ ਜਮਾਇਆ। ਇਸੀ ਲੜੀ ਦੇ ਤਹਿਤ ਅੱਜ ਸਾਡੀ ਟੀਮ ਹੈ ਓਮਾਨ ਦੇ ਵਿੱਚ, ਓਮਾਨ ਦੀ ਰਾਜਧਾਨੀ ਮਸਕਟ ਦੇ ਵਿੱਚ। ਅਤੇ ਮਸਕਟ ਤੋਂ ਸਾਡੇ ਨਾਲ ਜੋ ਸ਼ਖਸੀਅਤ ਨੇ, ਕੀ ਬਿਆਨ ਕਰਾਂ, ਉੱਘੀ ਸ਼ਖਸੀਅਤ ਸਰਦਾਰ ਕਰਨਜੀਤ ਸਿੰਘ। ਕਰਨਜੀਤ ਸਿੰਘ ਜੀ ਇੱਥੇ ਇੰਡੀਅਨ ਸੋਸ਼ਲ ਕਲੱਬ ਦੇ ਕਲਚਰਲ ਸੈਕਟਰੀ ਅਤੇ ਇਸੀ ਦੇ ਤਹਿਤ ਚੱਲਣ ਵਾਲੇ ਪੰਜਾਬੀ ਵਿੰਗ ਦੇ ਪ੍ਰਧਾਨ, ਵਰਲਡ ਪੰਜਾਬੀ ਆਰਗਨਾਈਜੇਸ਼ਨ ਮਸਕਟ ਦੇ ਕਨਵੀਨਰ ਅਤੇ ਡਾਰਟਸ ਇਸ ਗੇਮ ਦੇ ਪ੍ਰੈਜ਼ੀਡੈਂਟ, ਕੈਪਟਨ, ਪਤਾ ਨਹੀਂ ਕੀ ਲੰਬੀ ਫਹਿਰਿਸਤ ਹੈ ਜੋ ਸਾਡੇ ਗੈਸਟ ਆਪਣੀ ਜ਼ਬਾਨੀ ਦੱਸਣਗੇ। ਅਤੇ ਦਰਸ਼ਕੋ, ਆਓ ਗੱਲਬਾਤ ਦਾ ਸਿਲਸਿਲਾ ਜਾਰੀ ਕਰਦੇ ਹਾਂ ਕਰਨਜੀਤ ਸਿੰਘ ਜੀ ਮਠਾਰੂ ਸਾਹਿਬ ਦੇ ਨਾਲ। ਮਠਾਰੂ ਸਾਹਿਬ, ਸਾਡੇ NRI ਮੀਟ ਦੀ ਅੱਜ ਦੇ ਇਸ ਐਪੀਸੋਡ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਇਹ ਨਾਲ ਸਾਰੇ ਦਰਸ਼ਕਾਂ ਨੂੰ ਵੀ ਕਰਨਜੀਤ ਸਿੰਘ ਮਠਾਰੂ ਦਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਸਿੰਘ ਸਾਹਿਬ, ਇੱਕ ਸ਼ਖਸ ਆਪਣੇ ਘਰ ਤੋਂ ਨਿਕਲਦਾ ਹੈ, ਆਪਣੇ ਦੇਸ਼ ਤੋਂ ਨਿਕਲਦਾ ਹੈ ਕਮਾਉਣ ਵਾਸਤੇ ਪਰਦੇਸਾਂ ਵਿੱਚ, ਉਹਨੂੰ ਨਹੀਂ ਪਤਾ ਹੁੰਦਾ ਕਿ ਉੱਥੇ ਐਸ਼ ਮਿਲੇਗੀ, ਦੁੱਖ ਤਕਲੀਫਾਂ ਮਿਲਣਗੀਆਂ, ਕੀ ਹੋਏਗਾ। ਤੁਸੀਂ ਵੀ ਹਿੰਦੁਸਤਾਨ ਤੋਂ ਨਿਕਲੇ ਕਮਾਉਣ ਵਾਸਤੇ ਜਾਂ ਸ਼ੌਂਕ ਵਾਸਤੇ, ਜਾਂ ਕੋਈ ਮਜਬੂਰੀ ਸੀ ਜਾਂ ਕੀ ਸੀ? ਸਭ ਤੋਂ ਪਹਿਲੇ ਮੈਂ ਔਰ ਸਾਡੇ ਦਰਸ਼ਕ ਤੁਹਾਡੇ ਤੋਂ ਇਹੀ ਜਾਣਨਾ ਚਾਹੁੰਦੇ ਨੇ ਕਿ ਆਖਿਰ ਉਹ ਕੀ ਕਾਰਨ ਸੀ ਕਿ ਤੁਹਾਨੂੰ ਆਪਣੇ ਘਰ ਤੋਂ ਬਾਹਰ ਨਿਕਲ ਕੇ ਇੱਧਰ ਵੱਲ ਨੂੰ ਮੂੰਹ ਕਰਨਾ ਪਿਆ। ਵੈਲ, ਇਹ ਇੱਕ ਮਜਬੂਰੀ ਵੀ ਨਹੀਂ ਕਿਹਾ ਜਾ ਸਕਦਾ, ਇੱਕ ਸ਼ੌਕ ਸੀਗਾ ਕਿ ਬਾਹਰ ਜਾਣਾ, ਜਿੱਦਾਂ ਸਾਰੇ ਨੌਜਵਾਨ ਪੜ੍ਹਾਈ ਖਤਮ ਕਰਕੇ ਕਹਿੰਦੇ ਆ ਜੀ ਬਾਹਰ ਜਾਈਏ, ਲੇਕਿਨ ਮੇਰਾ ਕੁਛ ਹੋਰ ਸੀਗਾ ਕਿ ਠੀਕ ਹੈ ਬਾਹਰ ਜਾ ਕੇ ਇੱਕ ਦੋ ਸਾਲ ਲਗਾ ਕੇ ਅਤੇ ਆਪਣਾ ਕੋਈ ਆਪਣਾ ਆ ਕੇ ਕੰਮ ਸ਼ੁਰੂ ਕਰੀਏ। ਔਰ ਮੈਂ ਨਹੀਂ ਚਾਹੁੰਦਾ ਸੀਗਾ ਕੋਈ ਮੈਂ ਕੋਈ ਜਾਂ ਗਵਰਨਮੈਂਟ ਜਾਂ ਕੋਈ ਪ੍ਰਾਈਵੇਟ ਨੌਕਰੀ ਕਰਾਂ। ਮੈਂ ਹਮੇਸ਼ਾ ਇਹ ਸੋਚਿਆ ਕਿ ਆਪਣਾ ਹੀ ਕੁਛ ਕੰਮ ਹੋਣਾ ਚਾਹੀਦਾ, ਅਤੇ ਇਸ ਕਰਕੇ ਇੱਕ ਵਸੀਲਾ ਬਣ ਗਿਆ। ਅਸੀਂ ਦੁਬਈ, ਪਹਿਲੇ ਮੈਂ ਦੁਬਈ ਆਇਆ। ਅੱਛਾ ਜੀ। ਦੁਬਈ ਮੈਂ 5 ਸਾਲ ਕੰਮ ਕੀਤਾ ਕਿਸੇ ਕੰਪਨੀ ਵਿੱਚ, ਕੈਨੇਡੀਅਨ ਕੰਪਨੀ ਸੀਗੀ। ਐਂਡ ਜਦੋਂ ਮੈਂ ਦੁਬਈ ਆਇਆ ਔਰ ਉਹ ਮੈਂ ਦੇਖਿਆ ਕਿ ਕੰਪਨੀ ਸੀਗੀ ਇੰਟੀਰੀਅਰ ਡੈਕੋਰੇਸ਼ਨ ਫਰਨੀਚਰ ਮੈਨੂਫੈਕਚਰਿੰਗ, ਹਾਂਜੀ, ਦੈਟਸ ਵਾਜ਼ ਦੇਅਰ ਯੂਨਿਟ, ਦੇ ਵਰ ਡੂਇੰਗ ਫਿਟ ਆਊਟ, ਦੇ ਵਰ ਫਿਟ ਆਊਟ ਕੰਟਰੈਕਟਰਸ, ਐਂਡ ਮੇਰਾ ਉਸ ਵਿੱਚ ਕੁਛ ਵੀ ਨੌਲੇਜ ਨਹੀਂ ਸੀਗਾ। ਅੱਛਾ। ਫਿਰ ਦੈਨ ਜਿਹੜਾ ਸੀਗਾ ਕੰਮ ਕਰਨ ਵਾਲੇ ਸਾਰੇ ਸੀਗੇ, ਕੁਛ ਪਾਕਿਸਤਾਨੀ ਸੀ, ਕੁਛ ਇੰਡੀਅਨ ਸੀਗੇ। ਐਂਡ ਜਦੋਂ ਇਸ ਟਰੇਡ, ਇੱਕ ਟਰੇਡ ਇੱਕ ਐਸੀ ਹੈ ਕਿ ਤੁਹਾਨੂੰ ਅਗਰ ਕੰਮ ਨਾ ਆਉਂਦਾ ਹੋਵੇ ਐਂਡ ਉਹਨਾਂ ਕੋਲੋਂ ਕੰਮ ਲੈਣਾ ਬੜਾ ਮੁਸ਼ਕਲ ਹੁੰਦਾ ਵਾ। ਜੀ ਹਾਂ, ਇੰਟੀਰੀਅਰ ਡੈਕੋਰੇਸ਼ਨ ਦਾ ਕੰਮ ਵੀ ਕ੍ਰੀਏਟਿਵ ਕੰਮ ਹੈ। ਔਰ ਮੇਰਾ ਇਹਦੇ ਵਿੱਚ ਕੋਈ ਨੌਲੇਜ ਨਹੀਂ ਸੀਗਾ। ਮੈਂ ਆਪਣੇ ਕੰਮ ਕਰਾਉਣ ਦੇ ਨਾਲ ਨਾਲ ਫਿਰ ਮੈਂ ਕੰਮ ਸਿੱਖਿਆ ਵੀ ਹੈ। ਅੱਛਾ। ਔਰ 5 ਸਾਲ ਮੈਂ ਦੁਬਈ ਕੰਮ ਕੀਤਾ। ਅੱਛਾ ਜੀ। ਉਸ ਤੋਂ ਬਾਅਦ ਫਿਰ ਉਹ ਕੰਪਨੀ ਜਿਹੜੀ ਆ ਕਿ
कुछ प्रॉब्लम्स हो गई कि बंद हो गई, और जिहड़ा ओनर सीगा कंपनी दा, ही वॉज माई वेरी गुड फ्रेंड, ब्रिटिश ही एंड वेरी गुड फ्रेंड. फिर उन्हें मैंने कहा कि करणजीत सिचुएशन इदा दी हैगी है, एंड ओमान दे विच एक अपॉर्चुनिटी है, अगर तू जाना चाहना तो दैन आई कैन टॉक टू दिस पीपल. लेकिन मठारू साहब, तुसी दुबई आए, क्या कोई सदा पत्र सी, इनविटेशन सी, जां कुछ और? नहीं, कोई सदा पत्र नहीं सीगा, कोई इनविटेशन नहीं सीगा. साढ़े एक पिंड दे लागे एजेंट सीगा, रिक्रूटिंग एजेंट, ओके, उहदे नाल कॉन्टैक्ट होया ते आपां बॉम्बे आए, बॉम्बे तो फिर दुबई आ गए. ਪਾਗਾਂ ਵਾਲੇ ਹੋ ਜਿਹੜਾ ਏਜੰਟਾਂ ਦੇ ਚੱਕਰ ਵਿੱਚ ਫਸ ਕੇ ਵੀ ਤੁਸੀਂ ਮੁੰਬਈ ਤੋਂ ਇੱਥੇ ਪਹੁੰਚ ਗਏ, ਵਰਨਾ ਕਈ ਵਿਚਾਰੇ ਲੋਕ ਤਾਂ ਮੁੰਬਈ ਤੋਂ ਗੋਵਾ ਵਿੱਚ ਹੀ ਬਸ ਫਸ ਕੇ ਰਹਿ ਗਏ, ਔਰ ਦੁਬਈ ਦੀਆਂ ਮੌਜਾਂ ਮਾਣ ਕੇ ਵਿਚਾਰੇ ਘਰ ਨੂੰ ਪਰਤ ਗਏ. ਐਨੀਵੇਜ਼, ਫਿਰ ਤੁਸੀਂ ਓਮਾਨ ਆਏ, ਓਮਾਨ ਦਾ ਸਫ਼ਰ ਕਿਸ ਤਰ੍ਹਾਂ ਹੋਇਆ? 1984 'ਚ ਮੈਂ ਓਮਾਨ 'ਚ ਆਇਆ ਸੀਗਾ. ਓਕੇ. ਐਂਡ 1984 'ਚ ਮੈਂ ਓਮਾਨ 'ਚ ਆ ਕੇ ਜਦੋਂ ਅਸੀਂ ਉਹ ਕੰਮ, ਐਕਚੁਅਲੀ ਦੈਟ ਫੈਕਟਰੀ ਆਈ ਸੈਟ ਅਪ. ਅੱਛਾ. ਇਟ ਵਾਜ਼ ਏ ਨਿਊ ਕੰਪਨੀ, ਐਂਡ ਦੇ ਸੈਡ ਦੈਟ ਵੀ ਵਾਂਟ ਟੂ ਹੈਵ ਏ ਆਵਰ ਜੋਇਨਰੀ ਡਿਵੀਜ਼ਨ, ਅਤੇ ਉਹ ਪੂਰਾ ਮੈਂ ਏ ਟੂ ਜ਼ੈਡ, ਮਤਲਬ ਕਿ ਬਿਲਡਿੰਗ ਬਣਾਉਣ ਤੋਂ ਲੈ ਕੇ ਪੂਰੀ ਫੈਕਟਰੀ ਸੈੱਟ ਕੀਤੀ, ਐਂਡ ਉਹਨੂੰ ਚਲਾਇਆ. ਇਟ 1988 ਵਿੱਚ ਥੋੜ੍ਹਾ ਜਿਹਾ ਨਾ ਓਮਾਨ ਦੇ ਵਿੱਚ ਰਿਸੈਸ਼ਨ ਆ ਗਿਆ ਸੀਗਾ, ਈਵਨ ਸਭ ਕੰਟਰੀਜ਼ ਦੇ ਵਿੱਚ ਸੀਗਾ, ਲੇ ਓਮਾਨ 'ਚ ਥੋੜ੍ਹਾ ਜ਼ਿਆਦਾ ਸੀਗਾ. ਅਤੇ ਇਹ ਕਾਫੀ ਕੰਪਨੀਜ਼ ਇੱਥੇ ਕੁਛ ਬੰਦ ਹੋ ਗਈਆਂ, ਕੁਛ ਉਹਨਾਂ ਨੇ ਸਲੋ ਡਾਊਨ ਕਰ ਦਿੱਤਾ, ਕੁਛ ਕੰਪਲੀਟਲੀ ਬੰਦ ਕਰ ਦਿੱਤੀਆਂ. ਔਰ ਸਾਡੇ ਵੀ ਜਿੱਥੇ ਮੈਂ ਕੰਮ ਕਰਦਾ ਸੀਗਾ, ਉਹਨਾਂ ਨੇ ਵੀ ਇਹ ਡਿਵੀਜ਼ਨ ਕਹਿੰਦੇ ਕਿ ਵੀ ਡੋਂਟ ਵਾਂਟ ਟੂ ਕੰਟੀਨਿਊ, ਅਤੇ ਯੂ ਕੈਨ ਫਾਇੰਡ ਅਨਦਰ ਜੋਬ. ਫਿਰ ਮੈਂ ਸੋਚਿਆ ਕਿ ਹੁਣ ਜੋਬ ਵਾਬ ਕੀ ਕਰਨੀ ਹੈ, ਓਕੇ ਕੁਛ ਆਪਣਾ ਹੀ ਕਰੀਏ. ਅੱਛਾ. ਫਿਰ ਮੈਂ ਆਪਣੇ ਫਰੈਂਡ ਸਰਕਲ ਦੇ ਵਿੱਚ ਸਲਾਹ ਕੀਤੀ, ਗੱਲਬਾਤ ਕੀਤੀ ਕਿ ਇਸ ਤਰ੍ਹਾਂ ਮੈਂ ਕਰਨਾ ਚਾਹੁੰਦਾ, ਲੇਕਿਨ ਕੁਛ ਇਨਕਰੇਜਡ ਮੀ ਐਂਡ ਕੁਛ ਡਿਸਕਰੇਜਡ ਮੀ. ਓਕੇ, ਹੁੰਦਾ ਇੱਦਾਂ ਹੀ ਜਦੋਂ. ਉਹ ਕਹਿੰਦੇ ਜੀ ਕਿੱਥੇ ਐਡੀ ਵੱਡੀ, ਐਡੀ ਵਧੀਆ ਜੋਬ ਛੱਡ ਕੇ ਹੁਣ ਬੰਦਾ ਕੰਮ ਸ਼ੁਰੂ ਕਰੇਗਾ, ਅੱਗੇ ਰਿਸੈਸ਼ਨ ਚੱਲ ਰਿਹਾ, ਕੰਮ ਕਿੱਦਾਂ ਚੱਲੇਗਾ, ਵਗੈਰਾ ਵਗੈਰਾ ਵਗੈਰਾ, ਜਦੋਂ ਡਿਫਰੈਂਟ ਪੀਪਲ ਡਿਫਰੈਂਟ ਥਿੰਕਿੰਗ. ਫਿਰ ਮੈਂ ਸੋਚਿਆ ਨਹੀਂ, ਹੁਣ ਨਹੀਂ, ਹੁਣ ਬਸ ਸੋਚ ਲਿਆ ਕਰਨਾ ਅਤੇ ਕਰਨਾ. ਮੇਰਾ ਇੱਕ ਫਰੈਂਡ ਸੀਗਾ, ਉਸੇ ਕੰਪਨੀ 'ਚ ਕੰਮ ਕਰਦਾ ਸੀਗਾ, ਅਤੇ ਹੀ ਸੈਡ ਕਿ ਓਕੇ ਚਲੋ ਪਾਰਟਨਰਸ਼ਿਪ 'ਤੇ ਕਰਦੇ ਹਾਂ ਅਸੀਂ ਕੰਮ. ਅਸੀਂ ਕੰਮ ਸ਼ੁਰੂ ਕਰ ਦਿੱਤਾ, ਐਂਡ ਤੁਹਾਨੂੰ ਪਤਾ ਜਦੋਂ ਤੁਸੀਂ ਨਵਾਂ ਕੰਮ ਸ਼ੁਰੂ ਕਰਦੇ ਹੋ, ਯੂ ਹੈਵ ਟੂ ਸਟਰਗਲ ਏ ਲੋਟ. ਬਿਲਕੁਲ. ਓਕੇ. ਔਰ ਉਹ ਸਟਰਗਲ ਦੇ ਨਾਲ ਉਹ ਬੰਦਾ ਥੋੜ੍ਹਾ ਜਿਹਾ ਘਬਰਾ ਗਿਆ ਕਿ ਯਾਰ 6-7 ਮਹੀਨੇ ਹੋ ਗਏ ਆ, ਹੁਣ ਕੀ ਕਰੀਏ, ਯੂ ਨੋ ਲਾਈਕ ਦੈਟ. ਉਹਨੇ ਮੈਨੂੰ ਇੱਕ ਦਿਨ ਕਹਿੰਦਾ, ਮੇਰੇ ਘਰ ਆਇਆ, ਕਹਿੰਦਾ ਕਰਨਜੀਤ ਯਾਰ ਮੈਂ ਨਾ ਆਪਣੀ ਪਾਰਟਨਰਸ਼ਿਪ ਵਿਦਡਰਾਅ ਕਰਨੀ ਚਾਹੁੰਦਾ. ਮੈਂ ਕਿਹਾ ਠੀਕ ਹੈ, ਇਟਸ ਅਪ ਟੂ ਯੂ, ਲੇਕਿਨ ਰੀਜ਼ਨ ਕੀ ਹੈਗਾ? ਕਹਿੰਦਾ ਯਾਰ ਨਹੀਂ, ਇੰਨੇ ਪੈਸੇ ਖਰਚ ਕਰ ਦਿੱਤੇ ਆ ਵਗੈਰਾ, ਹੈਪਨਸ, ਸਭ ਡਰਦੇ ਨੇ. ਅਤੇ ਮੈਂ ਕਿਹਾ ਠੀਕ ਹੈ, ਓਕੇ, ਨੋ ਪ੍ਰੋਬਲਮ. ਐਂਡ ਉਸ ਵੇਲੇ ਮੇਰੇ ਕੋਲ ਨਹੀਂ ਸੀ ਪੈਸਾ ਉਹਦਾ ਵਾਪਸ ਕਰਨ ਵਾਸਤੇ ਜੀ. ਹਾਂਜੀ. ਮੈਂ ਕਿਹਾ ਠੀਕ ਹੈ, ਓਕੇ, ਆਲ ਰਿਟਰਨ ਯੂਅਰ ਮਨੀ ਐਂਡ ਲੈਸ ਕੈਲਕੂਲੇਟ. ਸਫ਼ਰ ਹਿਸਾਬ ਕਿਤਾਬ ਕੀਤਾ, ਅਤੇ ਬਲੀਵ ਮੀ ਵਿਦ ਇਨ 1 ਈਅਰ ਮੈਂ ਉਹਦੇ ਸਾਰੇ ਪੈਸੇ ਵਾਪਸ ਕਰਤੇ 1.5 ਟਾਈਮਸ. ਓ, ਕਿਉਂਕਿ ਉੱਪਰ ਵਾਲੇ ਦੀ, ਵਾਹਿਗੁਰੂ ਦੀ ਇੰਨੀ ਕਿਰਪਾ ਹੋਈ ਕਿ ਮੈਨੂੰ ਇੱਕ ਐਡਾ ਵੱਡਾ ਇੱਕ ਕੰਮ ਮਿਲ ਗਿਆ ਜਿਹਦੇ ਨਾਲ ਮੈਂ ਸਾਰਾ ਕੁਝ, ਮੇਰੀ ਇਨਵੈਸਟਮੈਂਟ ਵੀ ਵਾਪਸ ਆ ਗਈ, ਮੈਂ ਉਹਦੇ ਪੈਸੇ ਵੀ ਵਾਪਸ ਕਰ ਦਿੱਤੇ, ਐਂਡ ਆਈ ਸਟੈਂਡ ਅਪ ਕਿ ਯੈਸ. ਫਿਰ ਉਸ ਤੋਂ ਬਾਅਦ ਮੈਂ ਫਿਰ ਪਿੱਛੇ ਨਹੀਂ ਦੇਖਿਆ. ਅੱਛਾ, ਤੁਹਾਡਾ ਇਹ ਜਿਹੜਾ ਬਿਜ਼ਨਸ ਹੈ ਉਹ ਸਿਰਫ ਮਸਕਟ ਓਮਾਨ ਵਿੱਚ ਹੈ ਜਾਂ ਕਿਧਰੇ ਇਸ ਤੋਂ ਬਾਹਰ ਵੀ? ਯਾਰ, ਓਮਾਨ ਤੋਂ ਇਲਾਵਾ ਦੁਬਈ ਵਿੱਚ, ਐਜ਼ ਆਈ ਸੈਡ ਬਿਫੋਰ ਕਿ ਮਾਈ ਬ੍ਰਦਰ ਇਜ਼ ਲੁਕਿੰਗ ਆਫਟਰ ਦੈਟ ਯੂਨਿਟ. 1996 ਦੇ ਵਿੱਚ ਮੈਂ ਰੈਸਟੋਰੈਂਟ ਚਲਾਇਆ ਸੀਗਾ, ਕੋਪਰ ਚਿਮਨੀ ਰੈਸਟੋਰੈਂਟ, ਔਰ 2003 ਤੱਕ ਮੈਂ ਕੋਪਰ ਚਿਮਨੀ ਚਲਾਇਆ. ਉਸ ਤੋਂ ਬਾਅਦ ਥੋੜ੍ਹਾ ਨੇਮ ਦਾ ਜਿਹੜਾ ਬਿਲੋਂਗ ਟੂ ਸੰਬਡੀ ਐਲਸ, ਉਸ ਤੋਂ ਬਾਅਦ ਅਸੀਂ ਨਾਂ ਰੱਖ ਲਿਆ ਕਰੀ ਹਾਊਸ. ਐਂਡ ਕਰੀ ਹਾਊਸ ਨੂੰ ਅਸੀਂ ਚਲਾਇਆ ਹੈ 2014 ਬਿਗਿਨਿੰਗ ਤੱਕ. ਓਕੇ. ਓਕੇ, ਉਸ ਤੋਂ ਬਾਅਦ
लैंडलॉर्ड ने सानू नोटिस दे दिता कि भैया ही डिन वॉन्ट रेस्टोरेंट इन हिज बिल्डिंग बिकॉज ही रेनोवेट द बिल्डिंग एंड दिस एंड दैट. नाउ आई हैव टेकन अनदर प्लेस अंडर रेनोवेशन, सो होपफुली के सितंबर तक नवा करी हाउस खुल जाएगा. सिंह साहब इत्थे ओमान दे विच अपने हिंदुस्तानिया का खास तौर पर पंजाबियों का मैं कहाँगा कितना कु मान सम्मान है, इत्थे दी गवर्नमेंट कितना कु उन्हां नू सपोर्ट करती है? देखो मैं ओके मैं पहले तो करांगा इंडियंस दी गल कि इंडियन जड़े ने दे आर वेरी मच रिस्पेक्टेड हियर, बहुत उन्हां दा सम्मान है और उन्हां दी बहुत इज्जत करते ने क्योंकि इंडियंस ने एक कंट्री नू डिवेलप किया है. ओके एंड पर्टिकुलरली पंजाबीज स्पेशली सिक्स ओके और ये लोकल जड़े ने ओमानीज दे आर सो नाइस एंड दे ये लोग सरदारा दे उत्ते इन्ना ट्रस्ट करते हैं. वो कहते हैं कि इन्ना वर्गा हार्ड वर्कर और ऑनर्स बंदा कोई नहीं हैगा. तो सानू पंजाबियों ते माण, सानू पंजाबियों ते माण है. यस सानू पंजाबी होण ते भी माण, सानू पंजाबी होण ते भी माण है. यस रॉक्स पंजाबी रॉक्स पंजाबी रॉक्स. मठाल साहब एक ब्रेक का टाइम है, दर्शकों एक छोटे जे ब्रेक तो बाद असी हुणे हाजर होए, थोड़ा जा इंतजार.